ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਆਪਾਂ ਚੱਲੇ ਸੀਗੇ, ਕਿੱਥੇ ਚੱਲੇ ਆ ਪ੍ਰੀਤ ਦੱਸਦਾ ਐਕਚੁਅਲੀ। ਹਾਂ, ਆਪਾਂ ਚੱਲੇ ਸੀਗੇ ਉਰੇ BMW ਡੀਲਰਸ਼ਿਪ ਤੇ ਉੱਧਰ ਸਾਡਾ ਇੱਕ ਫਰੈਂਡ ਕੰਮ ਕਰਦਾ ਸੀਗਾ, ਕਹਿੰਦਾ ਕਿ ਤੁਸੀਂ ਕਾਫੀ ਗੱਡੀਆਂ 'ਚ ਇੰਟਰਸਟ ਰੱਖਦੇ, ਰਿਵਿਊ ਕਰਦੇ ਜੇ ਤੇ ਆ ਕੇ ਦੇਖ ਵੀ ਲਓ। ਤੇ ਆਪਾਂ ਦੇਖਣ ਚੱਲੇ ਸੀਗੇ ਨਵੀਂ BMW I8 ਰੋਸਟਰ, ਤੇ ਜਾ ਕੇ ਵੇਖਦੇ ਹਾਂ ਕੀ ਹਿਸਾਬ ਕਿਤਾਬ ਉਹਦਾ। ਦਿਨ ਵਧੀਆ, ਦਿਨ ਬੜਾ ਸੋਹਣਾ ਗਾ। ਮਾਰਕ ਦੇ ਟੀ ਸ਼ਰਟਾਂ ਪਾਈਆਂ ਨੇ ਦੇਖੋ ਅੱਜ। ਬੈਸਟ ਬੈਸਟ, ਹਾਂ ਕਾਰਬਨ ਫਾਈਬਰ ਦਾ ਪੈਕੇਜ ਆ ਸਾਰਾ ਫੁੱਲ, ਹੈ ਨਾ। ਤੇ ਆਓ ਚਲੋ ਆਪਾਂ ਦੇਖ ਕੇ ਆਉਣੇ ਆ ਇਕੱਠੇ ਕੀ ਬਣਦਾ। ਹੈਲੋ ਜੀ, ਆਪਾਂ ਆ BMW ਵਾਲਿਆਂ ਦੇ ਸ਼ੋਰੂਮ ਚ। ਆਹ ਦੇਖ ਲਓ 1 ਕਰੋੜ ਰੁਪਈਏ ਦਾ ਕੀ ਆਉਂਦਾ ਗਾ। BMW I8 ਰੋਸਟਡ, ਸੋਹਣੀ ਤਾਂ ਬਹੁਤ ਆ ਯਾਰ, ਨੋ ਡਾਊਟ। ਪਰ 1 ਕਰੋੜ 10 ਲੱਖ ਰੁਪਏ ਦੇ ਕਰੀਬ ਆ ਵਿੱਚੋਂ। ਸਾਰੀ ਇੱਥੇ ਕਾਰਬਨ ਫਾਈਬਰ, ਅੰਦਰ ਸਾਰੀ ਕਾਰਬਨ ਫਾਈਬਰ। ਇੱਥੇ ਵੀ ਸਾਰੀ ਆ ਕਾਰਬਨ ਫਾਈਬਰ ਲੱਗੀ ਹੋਈ ਆ। ਕੀਮਤ ਹੈਗੀ ਆ ਜੀ 1 ਕਰੋੜ 10 ਲੱਖ ਦੇ ਕਰੀਬ। ਆਹ ਦੇਖ ਲਓ 1,52,498 ਅਮੈਰੀਕਨ। ਪਰ ਸੋਹਣੀ ਬਹੁਤ ਆ। ਆ ਫਰੰਟ ਕੈਮਰਾ, ਉਰੇ ਫਰੰਟ ਕੈਮਰਾ, ਆ ਸਾਈਡਾਂ 'ਤੇ ਦੋਨੋਂ ਮਿਰਰ ਦੇ ਵਿੱਚ ਵੀ ਕੈਮਰੇ ਆ। ਅਤੇ ਬੈਕ 'ਤੇ ਜਿਹੜਾ BMW ਦਾ ਸਾਈਨ ਆ ਨਾ, ਜਦੋਂ ਮਤਲਬ ਕਿ ਰਿਵਰਸ 'ਚ ਪਾਉਂਦੇ ਆਪਾਂ, ਬੈਕ ਗੇਅਰ 'ਚ ਪਾਉਂਦੇ ਆ, ਤਾਂ ਇਹ ਘੁੰਮ ਕੇ ਕੈਮਰਾ ਬਣ ਜਾਂਦਾ ਗਾ। ਸੋ ਆਹ ਪੈਸੀਫਿਕ BMW ਰੋਡਸਟਰ ਆ, ਇਹ ਤੁਸੀਂ ਦੇਖ ਸਕਦੇ ਜੇ। ਇਹਦੀਆਂ ਲਾਈਟਾਂ ਦੀ ਵੀ ਸਪੈਸ਼ਲੀ ਦੱਸ ਦੇ, ਜਦੋਂ ਹਾਰਡ ਬ੍ਰੇਕ ਮਾਰੋਗੇ ਦੋਨੋਂ ਲਾਈਟਾਂ ਜਗਣਗੀਆਂ ਥੱਲੇ, ਅਤੇ ਸੋਫਟ ਬ੍ਰੇਕ ਮਾਰੋਗੇ ਉੱਪਰਲੀ ਜਗੂਗੀ। ਅਤੇ ਆਹ ਇਹਦੀ ਜਿਹੜੀ ਇਨ ਸਾਈਡ ਲੈਦਰ ਆ, BMW ਕਲੇਮ ਕਰਦੀ ਆ ਕਿ ਇਨਵਾਇਰਮੈਂਟਲ ਫਰੈਂਡਲੀ ਲੈਦਰ ਆ ਇਹਨਾਂ ਨੇ ਸਾਰੀ ਜਿਹੜੀ ਯੂਜ਼ ਕੀਤੀ ਆ। ਅਤੇ ਥੱਲੇ ਬਾਡੀ ਦੀ ਸਾਰੀ ਸੀਲਡ ਆਫ ਆ ਅੰਡਰਨੀਥ ਬਾਡੀ, ਅਤੇ ਕਿਡਨੀ ਗ੍ਰਿਲਸ ਵੀ ਇਹਦੀ ਸੀਲਡ ਆ, ਥੋੜ੍ਹਾ ਜਿਹਾ ਡਿਫਰੈਂਟ ਹੈਗਾ ਦੂਜੇ BMW ਨਾਲੋਂ। ਪਰ ਇਹਦੇ ਵਿੱਚ ਬਣਨਾ ਵੀ ਨਾ ਇੱਕ ਮੋਟੇ ਬੰਦੇ ਲਈ ਤਾਂ ਚੈਲੰਜ ਆ, ਵਿੱਚ ਬਣਨਾ ਜੀ ਆਪਣਾ ਵੇਟ ਮਾੜਾ ਜਿਹਾ ਵੱਧਦਾ ਹੈਗਾ, ਔਖਾ ਬਹੁਤ ਹੈਗਾ। ਕਿਉਂਕਿ ਸੀਟਾਂ ਮਤਲਬ ਕਿ ਆਹ ਚੀਜ਼ ਜਿਹੜੀ, ਆਹ ਸਾਈਡ ਆ, ਆਹ ਯਾਰ ਕਾਰਬਨ ਫਾਈਬਰ ਜਿਹੜੀ ਲੱਗੀ ਹੋਈ ਆ ਨਾ, ਬੜੀ ਪਿਆਰੀ ਲੱਗ ਰਹੀ ਹੈਗੀ। ਆਹ ਚੀਜ਼ ਸੀਟ ਤੋਂ ਉੱਚੀ ਹੈਗੀ, ਜਦੋਂ ਬੈਠਣਾ ਹੈਗਾ ਪਹਿਲਾਂ ਸੀਟ 'ਤੇ ਬੈਠਣਾ ਹੈਗਾ, ਫਿਰ ਲੱਤਾਂ ਅੰਦਰ ਹੁੰਦੀਆਂ ਨੇਗੀਆਂ ਸਹੀ ਹਿਸਾਬ ਦੇ ਨਾਲ। ਪਰ ਸੋਹਣੀ ਬਹੁਤ ਆ। ਆਹ ਚੀਜ਼ ਵੀ ਜੇ ਕਿਤੇ ਕਾਰਬਨ ਫਾਈਬਰ ਹੁੰਦੀ ਨਾ ਹੁੱਡ 'ਤੇ, ਉਦੋਂ ਵੀ ਸੋਹਣੀ ਲੱਗਣੀ ਸੀ। ਆਪਸ਼ਨ ਆ ਗਈ, ਪਰ ਇਹ ਤੁਸੀਂ ਲੈ ਸਕਦੇ ਹੋਗੇ ਕਾਰਬਨ ਫਾਈਬਰ ਜੇ ਤੁਸੀਂ ਲੈਣੀ ਹੋਵੇ ਨਾ। ਤਾਂ ਵੀ ਡੋਰ ਇੱਦਾਂ ਨਹੀਂ ਆਉਂਦਾ ਗਾ, ਉੱਪਰ ਨੂੰ ਖੁੱਲਦੇ ਹੈਗੇ ਡੋਰ ਦੋਨੋਂ, ਲੈਂਬਰਗਿਨੀ ਵਾਂਗ। ਉੱਧਰੋਂ ਸਟਿੱਕਰ ਦੇਖਦੇ ਹੈਗੇ ਆਪਾਂ, ਸਟਿੱਕਰ ਦੇ ਉੱਪਰ ਕੀ ਦਿੱਤਾ ਹੋਇਆ ਇਹਨਾਂ ਨੇ। ਆਹ ਲਓ ਜੀ, ਆਹ ਦੇਖ ਲਓ ਇਹਦੀ ਕੋਸਟ ਵਗੈਰਾ ਦੱਸੀਆਂ ਹੋਈਆਂ ਨੇਗੀਆਂ, ਐਵਰੇਜ ਸਾਰਾ ਕੁਛ ਇਹਦੇ ਬਾਰੇ। 2019 ਆ ਇਹ, ਕੀ ਕੀ ਚੀਜ਼ਾਂ ਇਹਦੇ ਵਿੱਚ, ਆਹ ਪੈਕੇਜ ਆ ਇਹਦੇ ਵਿੱਚ ਕੀ ਕੁਛ ਇਨਕਲੂਡਡ ਆ। ਆਹ ਸਾਰੀਆਂ ਆਪਸ਼ਨਾਂ ਇਨਕਲੂਡਡ ਨੇਗੀਆਂ, ਆਹ ਸਾਰੀਆਂ।
ਉਹ ਸੀਗੇ ਸਪੀਕਰ ਪਿੱਛੇ, ਉਹ ਸਪੀਕਰ ਹੈ, ਮਿਊਜ਼ਿਕ ਸਿਸਟਮ ਨੇ ਦੋਨੇ ਪਾਸੇ ਪਿੱਛੇ, ਅਤੇ ਥੋੜ੍ਹੀ ਜਿਹੀ ਸਟੋਰੇਜ ਆ ਵੀ ਜਿੰਨੀ ਕੁ ਆਪਾਂ ਸਮਾਨ ਰੱਖਣਾ ਹੋਵੇ ਇਹਨੂੰ ਖਿੱਚ ਕੇ ਨਾ, ਇਹਨੂੰ ਖਿੱਚ ਕੇ ਇੱਦਾਂ, ਉੱਥੇ ਥੋੜ੍ਹਾ ਬਹੁਤ ਸਮਾਨ ਆਪਦਾ ਲੇਡੀਜ਼ ਦੇ ਪਰਸ ਪੁਰਸ ਆਪਦੇ ਥੋੜ੍ਹਾ ਬਹੁਤ ਚੀਜ਼ਾਂ, ਅਤੇ ਕਈਆਂ ਦਾ ਗਲਾਸ ਦਾ ਹੁੰਦਾ ਹੈਗਾ ਇੰਜਣ ਪਿੱਛੇ ਦੀਂਦਾ ਹੈਗਾ, ਪਰ ਇਹਦਾ ਪਿੱਛੇ ਇੰਜਣ ਦੇਖ ਨਹੀਂ ਰਿਹਾ ਹੈਗਾ ਕਿਉਂਕਿ ਇਹਦਾ ਬਲੈਕ ਹੈਗਾ ਐਗਜ਼ੌਸਟ। ਬਹੁਤ ਪਿਆਰੀ ਹੈ ਯਾਰ, ਬਹੁਤ ਪਿਆਰੀ ਕਾਰ ਆ, ਪਰ ਜੇ ਦੇਖਿਆ ਜਾਵੇ ਆਹ ਵੀ ਕਾਰਬਨ ਫਾਈਬਰ ਆ, ਮੈਂ ਦੂਰ 'ਤੇ ਆਹ ਚੀਨੀ ਨੋਟ ਕੀਤੀ ਆ ਵੀ ਸਾਰੀ ਗੱਡੀ ਦੇ ਵਿੱਚ ਕਾਰਬਨ ਫਾਈਬਰ ਲਾਈ ਹੋਈ ਹੈਗੀ ਨੇਰੀ, ਉਹ ਵਿੱਚ ਬਹਿ ਕੇ ਦੇਖੀਏ ਤੁਹਾਡਾ ਵਿਊ ਫਰੰਟ ਦਾ ਅੰਦਰ ਦਾ ਵਿੱਚ ਬਹਿ ਕੇ ਆਪਸ਼ਨ। ਕੈਮਰੇ ਔਨ ਕਰ ਸਕਦੇ ਹੋਗੇ, ਸਟਾਰਟ ਬਟਨ, ਪਾਰਕਿੰਗ ਬ੍ਰੇਕ, ਹੀਟਿੰਗ, ਸੀਟਸ, ਆ ਸਾਰਾ ਕੰਟਰੋਲ ਹੋ ਰਿਹਾ ਹੈਗਾ, ਸਟੇਅਰਿੰਗ ਵੀਲ 'ਤੇ ਵੀ ਆ ਸਾਰਾ ਕੰਟਰੋਲ, ਸਟੇਅਰਿੰਗ ਵੀਲ ਤੋਂ ਕੰਟਰੋਲ ਕਰ ਸਕਦੇ ਹਾਂ ਆਲਮੋਸਟ ਸਾਰੀ ਕਾਰ। ਚਲੋ ਜੀ, ਓਕੇ, ਇਹ ਸੀਗੀ BMW i8। ਥੈਂਕ ਯੂ ਸਾਰਿਆਂ ਦਾ ਵਾਚ ਕਰਨ ਲਈ। ਚਲੋ ਜੀ, ਲਾਸਟ ਲੁੱਕ ਜਾਣ ਤੋਂ ਪਹਿਲਾਂ ਇੱਦਾਂ ਦੀ ਲੱਗਦੀ ਹੈ ਕਿ ਦੂਰੋਂ, ਦੋਨੋਂ ਡੋਰ ਓਪਨ ਨੂੰ ਖੁੱਲ੍ਹਦੇ ਹਾਂ ਯਾਰ, ਪਿਆਰੀ ਤਾਂ ਬਹੁਤ ਆ ਕਾਰ ਹੈ ਨਾ, ਪਰ 1 ਕਰੋੜ ਰੁਪਈਆ, 1 ਕਰੋੜ 10 ਲੱਖ ਦੇ ਕਰੀਬ। ਉਹਤੋਂ ਬਾਅਦ ਹੋਰ ਵੀ ਉੱਪਰ ਥੋੜ੍ਹੀਆਂ ਬਹੁਤ ਆਪਸ਼ਨਾਂ ਬੰਦਾ ਐਡ ਕਰ ਲੱਗਦਾ ਹੈਗਾ 10-15 ਲੱਖ ਦੀਆਂ, ਅਤੇ 'ਚ ਆਮ ਈਜ਼ੀ ਲਈ ਆਪਸ਼ਨਾਂ ਜਿਵੇਂ ਕੁਛ ਵੀ ਤੁਸੀਂ ਐਕਸਟਰਾ ਐਡ ਕਰਨਾ ਹੈਗਾ ਇਹਦੇ ਵਿੱਚ ਨਹੀਂ ਹੈਗਾ ਇਸ ਟਾਈਮ, ਉਹ ਚੀਜ਼ਾਂ ਬੰਦਾ ਐਡ ਕਰ ਹੀ ਲੈਂਦਾ ਹੈਗਾ, ਜਿਵੇਂ ਲਗਜ਼ਰੀ ਕੋਈ ਪੈਕੇਜ, ਛੋਟੀ ਛੋਟੀਆਂ ਚੀਜ਼ਾਂ ਜਿਹਨਾਂ ਨਾਲ ਕਰਦਾ ਰਿਹਾ। ਅਤੇ ਚਲੋ ਜੀ, ਥੈਂਕ ਯੂ ਫੋਰ ਵਾਚਿੰਗ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਬਾਏ।